ਹੁਣ ਮਾਰਕੀਟ ਕਮੇਟੀ ਨੇ ਪ੍ਰੈਸ਼ਰ ਪਾ ਕੇ ਜਿਹੜੇ ਪ੍ਰਾਈਵੇਟ ਪਰਚੇਜਰ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਉਹਨਾਂ ਦੀਆਂ ਦੁਕਾਨਾਂ ਤੇ ਪਰਚੇਜ ਕਰੋ ਯੂਪੀ ਬਿਹਾਰ ਤੋਂ ਆ ਕੇ ਉਹ ਆਪਣਾ ਘਰ ਪੂਰਾ ਕਰਦੇ ਨੇ ਉਹਨਾਂ ਦੇ ਇਨਸਪੈਕਟਰ ਲਿਖਦੇ ਨੇ ਔਰ ਇਸ ਕਰਕੇ ਉਹਨਾਂ ਦਾ ਮੰਡੀ ਚੋਂ 2 ਸਾਲ ਦਾ ਬਾਈਕਾਟ ਹੈ ਸਾਡਾ ਰਿਲੇਸ਼ਨ ਕਿਉਂ ਖਰਾਬ ਕਰਦੇ ਨੇ ਸਾਡਾ ਜਿਹੜਾ ਕਿਸਾਨਾਂ ਨਾਲ ਰਿਲੇਸ਼ਨ ਹੈ ਤੇ 50 ਸਦੀਆਂ ਤੋਂ ਚੱਲਿਆ ਆ ਰਿਹਾ ਸਾਡਾ ਅਸ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਆ ਜਦੋਂ ਦਾ ਇਹ ਐਜੂਕੇਸ਼ਨ ਚੱਲਿਆ ਉਦੋਂ ਦੇ 2 ਸਾਲ ਹੋ ਗਿਆ 9-10 ਮਹੀਨੇ ਹੋ ਗਏ ਉਦੋਂ ਦਾ ਅਸੀਂ ਮੰਡੀਆਂ ਦੇ ਵਿੱਚ ਦਿਨ ਰਾਤ ਇੱਕ ਕਰਕੇ ਕਣਕ ਚਕਾਈ ਜੀਰੀ ਚਕਾਈ ਹੁਣ ਲੱਗੇ ਪਏ ਆ ਅਸੀਂ ਪਰ ਸਾਨੂੰ ਤੰਗ ਕੀਤਾ ਜਾਂਦਾ ਜਾਣ ਪਛਾਣ ਕਰਕੇ ਸਾਡੇ ਹੀ ਪ੍ਰੋਜੈਕਟ ਚੱਕ ਕੇ ਲੈ ਗਏ ਸਾਡੇ ਸੰਸਦ ਸਾਨੂੰ ਨੋਟਿਸ ਕੱਢਤੇ ਕੀ ਨਾਮ ਹੈ ਜੀ ਮੇਰਾ ਨਾਮ ਭਰਪੂਰ ਸਿੰਘ ਜੀ ਭਰਪੂਰ ਸਿੰਘ ਜੀ ਧਰਨਾ ਲਾਇਆ ਹੈ ਕੀ ਕਾਰਨ ਧਰਨੇ ਦਾ ਕਾਰਨ ਮੇਨ ਕੱਲ ਮਾਰਕੀਟ ਕਮੇਟੀ ਨੇ ਨੋਟਿਸ ਕੱਢਤੇ ਪ੍ਰਾਈਵੇਟ ਪ੍ਰਜੇਜਰਾਂ ਨੂੰ 2 ਦੁਕਾਨਾਂ ਦਾ ਇੱਥੇ ਬਾਈਕਾਟ ਕੀਤਾ ਹੋਇਆ ਹੈ ਕਿਉਂਕਿ ਉਹ ਬਾਹਰੋਂ ਮਾਲ ਲਿਆ ਕੇ ਭਰਦੇ ਸੀ ਸਿੱਧੀਆਂ ਟਰਾਲੀਆਂ ਦਾ ਕੰਡਾ ਕਰਾ ਕੇ ਕੁਝ ਮਾਲ ਇੱਥੇ ਜ਼ਿਮੀਦਾਰਾਂ ਦਾ ਵੀ ਆ ਜਾਂਦਾ ਉਹਦੇ 'ਚ ਬਾਕੀ ਤਾਂ ਬਾਹਰੋਂ ਯੂਪੀ ਬਿਹਾਰ ਤੋਂ ਆ ਕੇ ਉਹ ਆਪਣਾ ਘਰ ਪੂਰਾ ਕਰਦੇ ਨੇ ਉਹਨਾਂ ਦੇ ਇਨਸਪੈਕਟਰ ਲਿਖਦੇ ਨੇ ਔਰ ਇਸ ਕਰਕੇ ਉਹਨਾਂ ਦਾ ਮੰਡੀ 'ਚੋਂ 2 ਸਾਲ ਦਾ ਬਾਈਕਾਟ ਹੈ ਉਹ ਸ਼ਹਿਰਾਂ ਦੇ ਵਿੱਚ ਰਹਿੰਦੇ ਨਹੀਂ ਸੀ ਹੁਣ ਮਾਰਕੀਟ ਕਮੇਟੀ ਨੇ ਪ੍ਰੈਸ਼ਰ ਪਾ ਕੇ ਜਿਹੜੇ ਪ੍ਰਾਈਵੇਟ ਪਰਚੇਜਰ ਨੇ ਉਹਨਾਂ ਨੂੰ ਕਹਿੰਦੇ ਨੇ ਵੀ ਉਹਨਾਂ ਦੀਆਂ ਦੁਕਾਨਾਂ 'ਤੇ ਪਰਚੇਜ ਕਰੋ ਦੂਜੀ ਗੱਲ ਆੜ੍ਹਤੀਆਂ ਨੂੰ ਤੰਗ ਕਰਨ ਵਾਸਤੇ ਜਿਹੜੇ ਫੜਾਂ ਦੀ ਅਲਾਟਮੈਂਟ ਪਹਿਲਾਂ ਪ੍ਰਾਈਵੇਟ ਫੜਾਂ ਦੀ ਅਲਾਟਮੈਂਟ ਕਰਦੇ ਸੀ ਜਿਹਦੇ 'ਚ ਹੀ ਪ੍ਰਜਿਸਟਰ 'ਚ ਦਰਜ ਕਰ ਲੈਂਦੇ ਸੀ ਅਸੀਂ ਢੇਰੀ ਵੀ ਫਲਾਣੇ ਫੜ 'ਚ ਫਲਾਣੇ ਆੜ੍ਹਤੀ ਦੀ ਫਲਾਣੇ ਜ਼ਿਮੀਦਾਰ ਦੀ ਢੇਰੀ ਆ ਉੱਥੇ ਸਰਕਾਰ ਨੂੰ ਲਿਖਾ ਕੇ ਮਾਲ ਚੁਕਾਇਆ ਜਾਂਦਾ ਸੀ ਮਾਰਕੀਟ ਕਮੇਟੀ ਨੇ ਪਰਮਿਸ਼ਨ ਦੇਣੀ ਹੁੰਦੀ ਹੈ ਐਤਕੀ ਪਰਮਿਸ਼ਨ ਦੇ ਕੇ ਵੀ ਉਹ ਕੈਂਸਲ ਕਰਤੀ ਜਿਵੇਂ ਕੋਈ ਨਿੱਜੀ ਰੰਜ ਸੁਣਦੀ ਹੈ ਇਸ ਹਿਸਾਬ ਨਾਲ ਹੋਇਆ ਸਾਡੇ ਫੜ ਦੀ ਮੰਡੀ ਦੇ ਵਿੱਚ ਘਾਟ ਰਹਿੰਦੀ ਹੈ ਪਹਿਲਾਂ ਹੀ ਜੇ ਉਹ ਫੜ ਸਾਡੇ ਅਲਾਟਮੈਂਟ ਨਹੀਂ ਹੁੰਦੇ ਤਾਂ ਸਾਡੀ ਹੋਰ ਵੀ ਦਿੱਕਤ ਆਊਗੀ ਸੜਕਾਂ ਦੇ ਉੱਤੇ ਇੱਥੇ ਝੋਨੇ ਦੀਆਂ ਢੇਰੀਆਂ ਆ ਜਾਣਗੀਆਂ ਔਰ ਨਾ ਕਿਸੇ ਪਾਸੇ ਫਿਰ ਹਿਲਾਉਣ ਨੂੰ ਸੁਕਾਉਣ ਦੀ ਜਗ੍ਹਾ ਬਚਣੀ ਹੈ ਨਾ ਛਾੜਨ ਦੀ ਬਚਦੀ ਹੈ ਜਿਹੜੀ ਜਗ੍ਹਾ ਦੀ ਪ੍ਰੋਬਲਮ ਹੈ ਇਹ ਜੇ ਸਾਨੂੰ ਮਨਜ਼ੂਰੀ ਦੇਣਗੇ ਤਾਂ ਹੱਲ ਹੁੰਦਾ ਇਹ ਜਿੰਨਾ ਚਿਰ ਇਹਨਾਂ ਦੀ ਅਲਾਟਮੈਂਟ ਨਹੀਂ ਕਰਦੇ ਫੜਾਂ ਦੀ ਅਲਾਟਮੈਂਟ ਕਰਨਗੇ ਇਹ ਜਿਹੜੇ ਨੋਟਸ ਨੇ ਉਹ ਵਾਪਸ ਲੈਣਗੇ ਪ੍ਰਜੇਜਰਾਂ ਨੂੰ ਕਿਸੇ ਨੂੰ ਜ਼ਬਰਦਸਤੀ ਖਰੀਦ ਥੋੜ੍ਹੋ ਕਰਾਉਣੀ ਹੈ ਜੇ ਕੋਈ ਸ਼ਰ੍ਹਾਂ 'ਚ ਰਹਿ ਕੇ ਰੱਖੂਗਾ ਵਧੀਆ ਮਾਲ ਦੇਊ ਜੇ ਉਹਨਾਂ ਨੂੰ ਪਸੰਦ ਹੋਊ ਖਰੀਦ ਲੈਣਗੇ ਉਹਨਾਂ ਦੀ ਗਲ ਚੰਗੂਟਾ ਦੇ ਕੇ ਥੋੜ੍ਹਾ ਖਰੀਦਣਾ ਉਹਨਾਂ ਨੇ ਸੈਂਟਰ ਸਰਕਾਰ 50 ਕਸੀ ਉਹ ਸਾਨੂੰ ਕਸੀ ਜਾਂਦੇ ਨੇ ਜਿਹੜਾ ਮੁੱਖ ਮੁੱਦਾ ਹੋਰ ਮੰਡੀਆਂ ਦੇ ਵਿੱਚ ਇਸ ਸਪੇਸ ਨੂੰ ਲੈ ਕੇ ਮੁੱਦਾ ਨਹੀਂ ਬਾਕੀ ਵਿਜੀਲੈਂਸ ਦੀਆਂ ਟੀਮਾਂ ਹੁਣ ਵੀ ਤੁਹਾਡੇ ਸਾਹਮਣੇ ਆਈਆਂ ਸੀਗੀਆਂ ਕਿਸਾਨ ਆ ਬਾਹਰ ਬੈਠੇ ਨੇ ਉਹਨਾਂ ਦੇ ਜਿਹੜੇ ਲਾਏ ਨੇ ਉਹਨਾਂ ਨੇ ਚੈੱਕ ਕਰਨ ਨੂੰ ਜੀਰੀ ਉਹ ਟਰਾਲੀ ਆਪਦਾ ਪੁੱਚਰ ਦੇਖ ਕੇ ਅੰਦਰ ਬੰਨ ਸਾਡਾ ਕਿਸਾਨ ਨਾਲ ਕਿਉਂ ਅੰਦਰ ਜਦੋਂ ਲੈ ਕੇ ਆਉਂਦਾ ਸਾਨੂੰ ਤਾਂ ਸਟਿਆਉਣੀ ਪਊਗੀ ਟਰਾਲੀ ਸਾਡਾ ਰਿਲੇਸ਼ਨ ਕਿਉਂ ਖਰਾਬ ਕਰਦੇ ਨੇ ਸਾਡਾ ਜਿਹੜਾ ਕਿਸਾਨਾਂ ਨਾਲ ਰਿਲੇਸ਼ਨ ਹੈ 50 ਸਦੀਆਂ ਤੋਂ ਚੱਲਿਆ ਆ ਰਿਹਾ ਸਾਡਾ ਅਸ ਮੋਢੇ ਨਾਲ ਮੋਢਾ ਲਾ ਕੇ ਅਸੀਂ ਖੜੇ ਹਾਂ ਜਦੋਂ ਦਾ ਇਹ ਐਜੂਕੇਸ਼ਨ ਚੱਲਿਆ ਉਦੋਂ ਦੀਆਂ 2 ਸਾਲ ਹੋ ਗਿਆ 9-10 ਮਹੀਨੇ ਹੋ ਗਏ ਉਦੋਂ ਦਾ ਅਸੀਂ ਮੰਡੀਆਂ ਦੇ ਵਿੱਚ ਦਿਨ ਰਾਤ ਇੱਕ ਕਰਕੇ ਕਣਕ ਚਕਾਈ ਜੀਰੀ ਚਕਾਈ ਹੁਣ ਲੱਗੇ ਪਏ ਹਾਂ ਅਸੀਂ ਪਰ ਸਾਨੂੰ ਤੰਗ ਕੀਤਾ ਜਾਂਦਾ ਜਾਣ ਪਛਾਣ ਕਰਕੇ ਸਾਡੇ ਹੀ ਪ੍ਰੋਜੈਕਟ ਚੱਕ ਕੇ ਲੈ ਗਏ ਸਾਡੇ ਸੰਸਦ ਸਾਨੂੰ ਨੋਟਿਸ ਕੱਢਤੇ ਕਾਹਦੇ ਨੋਟਿਸ ਕੱਢਣੇ ਜੀ ਸਾਡੇ ਨੋਟਿਸ ਵੀ ਸਾਡੇ ਨੋਟਿਸ ਇਹ ਕੱਢਦੇ ਵੀ ਤੁਸੀਂ ਗਿੱਲੀ ਕਿਉਂ ਕਰਾ ਲਈ ਤੁਸੀਂ ਕਿਉਂ ਭਰ ਲਈ ਸਾਨੂੰ ਸ਼ੈਲ ਵਾਲਾ ਕਹਿੰਦਾ ਵੀ ਮੈਂ ਲਿਖਾ ਦੂੰਗਾ ਉਹ ਅਸੀਂ ਆਪਦੇ ਲੈਟਰ ਪੈਡ ਦੇ ਉੱਤੇ ਮਾਰਕੀਟ ਕਮੇਟੀ ਦੇ ਸੈਕਟਰੀ ਨੂੰ ਲਿਖ ਕੇ ਦਿੱਤਾ ਵੀ ਫਲਾਨਾ ਸਿੰਘ ਸਾਨੋ ਫਲਾਨਾ ਸਿੰਘ ਪਿੰਡ ਫਲਾਨਾ ਫਲਾਨੀ ਫਰਦ ਦਾ ਇੱਥੋਂ ਲੈ ਕੇ ਆਇਆ ਜੀਰੀ ਸਾਡੇ ਕੋਲ ਇੰਨੀਆਂ ਬੋਰੀਆਂ ਨੇ ਛੈਲ ਵਾਲੇ ਦੇ ਮੋਚਰ ਲੋਟ ਆ ਗਿਆ ਉਹ ਭਰਵਾ ਕੇ ਸਾਡੀ ਲਿਖਾ ਪਰ ਉਹ ਕਹਿੰਦੇ ਨਹੀਂ ਅਸੀਂ ਇਸ ਚੀਜ਼ ਨੂੰ 4 ਏਜੰਸੀਆਂ ਦੇ ਵਿੱਚੋਂ ਇੱਕ ਏਜੰਸੀ ਵਾਲਾ ਉਹ ਛੈਲਰਾਂ ਦਾ ਉਹਨੇ ਮਾਲ ਵੀ ਚੁਕਵਾਤਾ ਲੋਡ ਵੀ ਕਰਵਾਤਾ ਉਹਨੇ ਆਪਦੇ ਹਿਸਾਬ ਨਾਲ ਚੱਲ ਰਿਹਾ ਸੀ ਉਹਦਾ ਬਹੁਤ ਬਹੁਤ ਧੰਨਵਾਦ ਵੀ ਕੀਤਾ ਹੁਣ ਵੀ ਮੈਂ ਉਹਨੂੰ ਮਿਲਿਆ ਵੀ ਤੂੰ ਉਸ ਕਹਿੰਦਾ ਮੈਂ ਬੋਲੀ ਲਾ ਰਿਹਾ ਜਿਹੜਾ ਕੋਈ ਛੈਲਰ ਵਾਲਾ ਮੈਨੂੰ ਲਾਟ ਹੈ ਮੈਂ ਉਹਨਾਂ ਨਾਲ ਗੱਲਬਾਤ ਕਰਕੇ ਸਹੀ ਕਰਾ ਕੇ ਮੈਂ ਆਈ ਵਾਰ ਆਉਂਦੀ ਆ ਆਈ ਵਾਰ ਪਰ ਸਾਨੂੰ ਪਹਿਲਾਂ ਜਿਹੜੇ ਮੋਦੀ ਸਰਕਾਰ ਦੇ ਕਾਨੂੰਨ ਨੇ ਉੱਤੋਂ ਨਵੇਂ ਤੋਂ ਨਵੇਂ ਰੋਜ਼ ਆ ਰਹੇ ਨੇ ਉਹ ਪੰਜਾਬ ਸਰਕਾਰ ਨੂੰ ਜਿਵੇਂ ਪੋਰਟਲ ਚਾੜ੍ਹਤਾ ਜਿਵੇਂ ਜਿਸ ਤਰ੍ਹਾਂ ਅਸੀਂ ਪਹਿਲਾਂ ਚਾੜ੍ਹਤਾ ਹੁਣ ਜ਼ਮੀਨਾਂ ਚਾੜ੍ਹਤੀ ਸਭ ਕੁਛ ਅਸੀਂ ਕਰ ਰਹੇ ਇਹ ਧਰਨਾ ਜਾਰੀ ਹੈ ਜੀ ਜਦੋਂ ਤੱਕ ਸਾਡੇ ਮੰਗਾਂ ਨਹੀਂ ਮੰਨੀਆਂ ਜਾਂ ਜਦੋਂ ਸਾਨੂੰ ਤੱਕ ਨਹੀਂ ਹੋਈ ਹੋਊਗਾ ਨਹੀਂ ਬੋਲੀ ਅਸੀਂ ਕਰਵਾਈ ਨਹੀਂ ਜੀ ਬੰਦ ਕਰਵਾਤਾ ਸਾਰਾ ਕੁਛ ਕਿੰਨੀ ਕੁ ਮੰਡੀ ਦੀ ਜਗ੍ਹਾ ਤੇ ਕਿੰਨੀ ਕੁ ਦੀ ਜ਼ਰੂਰਤ ਹੈ ਜੀ ਮੰਡੀ ਦਾ ਬਹੁਤ 26 ਲੱਖ ਗੱਟਾ ਆਉਣਾ ਜੀ ਸਾਡੇ ਕੋਲ 38 ਵਿਘੇ ਜ਼ਮੀਨ ਹੈ ਜਿਹਦੇ ਵਿੱਚੋਂ ਦੁਕਾਨਾਂ ਕੱਟੀਆਂ ਗਈਆਂ ਆਹ ਸਾਰਾ ਬਾਹਰ ਵਿੱਚ ਆਉਂਦਾ ਹੈ ਸਮਝ ਲਓ ਅਸੀਂ 150 ਦੁਕਾਨ ਹੈ 26 ਵਿਘੇ ਜ਼ਮੀਨ ਦੇ ਉੱਤੇ ਵੰਡਿਆ ਹੋਇਆ ਸਾਨੂੰ ਕਿਸੇ ਨੂੰ 10 ਫੁੱਟ ਜਗ੍ਹਾ ਆਉਂਦੀ ਹੈ ਕਿਸੇ ਨੂੰ 20 ਫੁੱਟ ਜਗ੍ਹਾ ਆਉਂਦੀ ਹੈ ਮੰਡੀ ਦੇ ਫਿਰਨਾ ਤੱਕ ਸਰਦਾ ਨਹੀਂ
जिन्ना चर सू पैंठ के पैंठ शैड अलाटमेंट नहीं करके देंगे उन्ना चर सा कोई ज्यादा नहीं। एक एक दुकान से 50,000 रुपये कट्टा भी एक तो 1.5 लाख भी आता। हक ते सच दी खबर ले लाइक ते सब्सक्राइब करो पंजाब दा नंबर 1 डिजिटल न्यूज़ चैनल द फैक्ट न्यूज़।